ਅੱਜ ਦਾ ਜਿਹੜਾ ਇਹ ਸਮਾਗਮ ਹੈ ਇਹ ਖਾਸ ਹੈ, ਕਿਉਂਕਿ ਇਹਦੇ ਵਿੱਚ ਸਾਡੇ ਸਤਿਗੁਰੂ ਮਹਾਰਾਜ ਜੀ ਦੇ ਬੀਬੇ ਰਾਣੇ ਆਏ ਹੋਏ ਨੇ, ਸਿਆਣੇ ਆਏ ਹੋਏ ਨੇ, ਗੁਰੂ ਦੇ ਸੇਵਾਦਾਰ ਆਏ ਹੋਏ। ਐਸੀ ਨਿਸ਼ਕਾਮ ਸੇਵਾ ਕੀ ਹੋ ਯਾਚਨਾ, ਕਾਰਯ ਗੁਰੂਵਰ ਕਾ ਸੰਪੂਰਨ ਹਮ ਕਰ ਸਕੇ। ਸ਼ਬਦ ਬਹੁਤ ਅੱਛੇ ਹੈ, ਲੇਕਿਨ ਕਭੀ ਕਭੀ ਮੈਂ ਸੋਚਤੀ ਹੂੰ ਕਿ ਕਿਆ ਵਾਕਈ ਹਮ ਗੁਰੂ ਕਾ ਕਾਰਯ ਪੂਰਨ ਕਰ ਸਕਤੇ ਹੈ। ਯਦਿ ਹਮ ਨਹੀਂ ਕਰੇਂਗੇ ਤੋ ਕਿਆ ਉਨਕਾ ਕਾਰਯ ਅਧੂਰਾ ਰਹਿ ਜਾਏਗਾ, ਐਸਾ ਤੋ ਹਮ ਸਭੀ ਜਾਣਤੇ ਹੈ, ਹੋ ਹੀ ਨਹੀਂ ਸਕਤਾ, ਕਿਉਂਕਿ ਵੋ ਆਪਣਾ ਕਾਰਯ ਪੂਰਨ ਕਰਕੇ ਹੀ ਆਏ ਹੈ। ਵੋ ਤੋ ਹਮੇ ਆ ਕਰਕੇ ਛੋਟੀ ਜਿਹੀ ਸੇਵਾ ਦੇ ਕਰਕੇ ਹਮਾਰਾ ਕਲਿਆਣ ਕਰਦੇ ਹੈ। ਸਾਡੇ ਗਲ ਵਿੱਚ ਪਾਇਆ ਜੋ ਬੈਜ ਹੈ ਨਾ, ਬੈਜ ਇਹ ਸਾਡੀ ਪਹਿਚਾਣ ਹੈ, ਇਹ ਗੁਰੂ ਮਹਾਰਾਜ ਜੀ ਦੀ ਮੋਹਰ ਹੈ ਕਿ ਅਸੀਂ ਉਸਦੇ ਸੈਨਿਕ ਹਾਂ, ਔਰ ਹਰ ਇੱਕ ਕਾਰਜ ਖੇਤਰ ਦੇ ਵਿੱਚ ਅਸੀਂ ਆਪਣਾ ਜੀ ਜਾਨ ਲਗਾ ਕੇ ਕੁੱਦ ਪੈਂਦੇ ਹਾਂ, ਔਰ ਜੋ ਗੁਰੂ ਮਹਾਰਾਜ ਜੀ ਨਿਰਦੇਸ਼ ਕਰਦੇ ਹਨ ਅਸੀਂ ਉਸ ਸੇਵਾ ਨੂੰ ਪੂਰਾ ਕਰਦੇ ਹਾਂ, ਕਿਉਂਕਿ ਇਸ ਸੇਵਾ ਦੇ ਸਦਕਾ ਹੀ ਸਾਨੂੰ ਨਿਰਵਾਣ ਮਿਲਦਾ ਹੈ, ਭਾਵ ਮੁਕਤੀ ਮਿਲਦੀ ਹੈ। ਇਹ ਤ੍ਰਾਣ, ਨਿਰਮਾਣ, ਕਲਿਆਣ ਔਰ ਨਿਰਮਾਣ ਦਾ ਫਾਸਟ ਟੈਗ ਹੈ ਜੋ ਅਸੀਂ ਸਭ ਗਲਾਂ ਵਿੱਚ ਪਾ ਕੇ ਬੈਠੇ ਹਾਂ ਗੁਰੂ ਮਹਾਰਾਜ ਜੀ ਦੇ ਸੇਵਕਾਂ। ਇੱਕ ਵਾਰ ਕਿਸੇ ਭਾਈ ਨੇ ਵਿਦੇਸ਼ ਸੇ ਗੁਰੂ ਮਹਾਰਾਜ ਜੀ ਕੋ ਫੋਨ ਕੀਆ, ਔਰ ਜਬ ਮਹਾਰਾਜ ਜੀ ਨੇ ਕਿਹਾ ਹੈਲੋ ਬਤਾਓ ਹਮ ਆਪਕੀ ਕਿਆ ਸੇਵਾ ਕਰ ਸਕਤੇ ਹੈ, ਉਸ ਭਾਈ ਨੇ ਕਿਹਾ ਨਹੀਂ ਨਹੀਂ ਮਹਾਰਾਜ ਜੀ ਆਪ ਹਮਾਰੀ ਸੇਵਾ ਕਿਉਂ ਕਰੇਂਗੇ, ਹਮ ਸੇਵਾਦਾਰ ਹੈ ਹਮ ਆਪਕੀ ਸੇਵਾ ਕਰੇਂਗੇ। ਮਹਾਰਾਜ ਜੀ ਕਹਤੇ ਅੱਛਾ ਯੇ ਬਤਾਓ ਕਿ ਜੋ ਸੇਵਾਦਾਰ ਹੋਤਾ ਹੈ ਵੋ ਜ਼ਿਆਦਾ ਸੇ ਜ਼ਿਆਦਾ 4-5 ਘੰਟੇ ਯਾ ਫਿਰ 10-12 ਘੰਟੇ ਸੇਵਾ ਕਰਤਾ ਹੈ। ਆਪ ਹਮੇ ਜਬ ਵੀ ਬੁਲਾਤੇ ਹੈ ਯਾਦ ਕਰਤੇ ਹੈ, ਚਾਹੇ ਦਿਨ ਹੋ, ਰਾਤ ਹੋ, ਧੂਪ ਹੋ, ਬਾਰਿਸ਼ ਹੋ, ਹਮ ਚਾਹੇ ਭੋਜਨ ਕਰ ਰਹੇ ਹੋ, ਚਾਹੇ ਸੰਗਤ ਕੋ ਦਰਸ਼ਨ ਦੇ ਰਹੇ ਹੋ, ਲੇਕਿਨ ਜਬ ਵੀ ਆਪ ਬੁਲਾਤੇ ਹੈ ਤੋ ਹਮ ਉਸੀ ਸਮੇਂ ਚਲੇ ਆਤੇ ਹੈ, ਤੋ ਆਪ ਬਤਾਈਏ ਫਿਰ ਅਸਲੀ ਸੇਵਾਦਾਰ ਕੌਣ ਹੁਆ। ਯਾਨੀ ਗੁਰੂ ਮਹਾਰਾਜ ਜੀ ਆਪਣੀ ਇਸ ਕ੍ਰਿਆ ਕੇ ਦੁਆਰਾ ਹਮੇ ਸਮਝਾਣਾ ਚਾਹਤੇ ਹੈ ਕਿ ਹਮੇ ਕੈਸੇ ਸੇਵਾਦਾਰ ਬਣਨਾ ਹੈ। ਗੁਰੂ ਦੀ ਪਿਆਰੀ ਸੰਗਤ ਹੈ, ਇੱਕ ਇੱਕ ਨੂੰ ਉਹਨੇ ਸਿਰਜਿਆ ਹੈ, ਇੱਕ ਇੱਕ ਨੂੰ ਘੜਿਆ ਹੈ। ਇਹ ਸੇਵਕ ਐ ਨਹੀਂ ਬੈਠੇ ਹੈਗੇ ਜਿਹੜੇ ਬੈਠੇ ਚਿੱਟੇ ਕੁੜਤੇ ਪਜਾਮੇ ਪਾ ਕੇ, ਇੱਕ ਇੱਕ ਤੇ ਕੰਮ ਹੋਇਆ ਹੈ, ਨਿਰਮਾਣ ਕੀਤਾ ਹੈ ਉਸਨੇ। ਐਸੇ ਭਗਤਾਂ ਨੂੰ, ਐਸੇ ਸੇਵਕਾਂ ਨੂੰ ਸਾਡਾ ਮੰਚ ਤੋਂ ਪ੍ਰਣਾਮ ਹੈ। ਹੁਣ ਦੇਖਿਆ ਜਾਵੇ ਝਾੜੂ ਤੁਸੀਂ ਇੱਥੇ ਲਾਉਂਦੇ ਆ, ਝਾੜੂ ਹੀ ਘਰੇ ਲਾਉਣੇ ਆ, ਜਦੋਂ ਇੱਥੇ ਝਾੜੂ ਲੱਗਦਾ ਹੈ ਤੇ ਉਹ ਕਰਮਾਂ ਨੂੰ ਨਾਸ਼ ਕਰਦਾ ਹੈ। ਇੱਥੋਂ ਦੇ ਭਾਂਡੇ ਜਿਹੜੀ ਉਹ ਲੱਗਦੀ ਹੈ ਨਾ ਸਵਾਹ, ਉਹ ਜਨਮਾਂ ਜਨਮਾਂ ਦੀ ਮੈਲ ਨੂੰ ਤਾਰਦੀ ਹੈ। ਉਹ ਇੱਕ ਐਸਾ ਦਿਵਯ ਇਤਿਹਾਸ ਬਣਨੇ ਜਾ ਰਿਹਾ ਹੈ। ਆਜ ਸੇ ਪਹਿਲੇ ਜੋ ਵੀ ਦਿਵਯ ਸ਼ਕਤੀਆਂ ਆਈ ਹੈ, ਉਨਕੀ ਜਾਣੇ ਕੇ ਬਾਅਦ ਮਾਨਤਾ ਔਰ ਜਾਣੇ ਕੇ ਬਾਅਦ ਪੂਜਾ ਹੋਈ ਹੈ, ਲੇਕਿਨ ਅਬ ਇੱਕ ਐਸਾ ਦਿਵਯ ਅਵਤਾਰ ਆਇਆ ਹੈ ਜਿਸਕੀ ਆਨੇ ਕੇ ਬਾਅਦ ਪੂਜਾ ਹੋਗੀ ਔਰ ਸਾਰਾ ਸੰਸਾਰ ਪੂਜਾ ਕਰੇਗਾ। ਮੇਰਾ ਮਾਲਕ ਨਿਤ ਨੂਰਾਨੀਏ, ਮੈਂ ਸੋਭਤ ਸਤਿਗੁਰ ਦੀ ਕੀਤੀ, ਮੈਂ ਇਸ਼ਕ ਖੁਮਾਰੀ ਹੈ ਪੀਤੀ, ਸਤਿਗੁਰ ਪਿਆਰੇ ਤੋਂ
ਕਰਦਾ ਜਾਨ ਸਾਰ ਹੋ ਮੈਂ ਆਸ਼ੂ ਦਾ ਸੇਵਾਦਾਰ ਹਾਂ ਸਤਿਗੁਰ ਦਾ ਪਹਿਰੇਦਾਰ ਆਸ਼ੂ ਦਾ ਸੇਵਾਦਾਰ ਹਾਂ ਸਤਿਗੁਰ ਦਾ ਪਹਿਰੇਦਾਰ ਮੈਂ ਆਸ਼ੂ